ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਿਕ ਬਾਣੀ ਸਿੰਘ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਇੰਦਰਜੀਤ ਸਿੰਘ, ਸਰਦਾਰਨੀ ਮਨਜੀਤ ਕੌਰ ਮੰਨੀ, ਮਿਸਿਸ ਮਾਨਤਾ ਸਿੰਘ, ਹਰਮਨਦੀਪ ਸਿੰਘ, ਮਿਸਿਸ ਆਂਚਲ ਸ਼ਰਮਾ, ਜੈ ਮੁਨੀਸ਼ ਸ਼ਰਮਾ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਬਾਣੀ ਸਿੰਘ ਦਾ ਜਨਮ ਪਿਤਾ ਸਰਦਾਰ ਇੰਦਰਜੀਤ ਸਿੰਘ ਹੁਣਾਂ ਦੇ ਘਰ, ਮਾਤਾ ਸਰਦਾਰਨੀ ਮਨਜੀਤ ਕੌਰ ਮੰਨੀ ਹੁਣਾਂ ਦੀ ਕੁੱਖੋਂ ਜਲੰਧਰ ਵਿਖੇ 26 ਅਕਤੂਬਰ 1976 ਨੂੰ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਗਟ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਿਕ ਸਨ। ਬਾਣੀ ਸਿੰਘ ਜੀ ਆਪਣੇ ਪਰਿਵਾਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਆਪ ਜੀ ਦਾ ਆਪਣੇ ਮਾਤਾ ਪਿਤਾ, ਜਿਨ੍ਹਾਂ ਵਿੱਚ ਸਰਦਾਰ ਇੰਦਰਜੀਤ ਸਿੰਘ ਅਤੇ ਸਰਦਾਰਨੀ ਮਨਜੀਤ ਕੌਰ ਅਤੇ ਆਪਣੀਆਂ ਭੈਣਾਂ ਮਿਸਿਸ ਮਾਨਤਾ ਸਿੰਘ ਅਤੇ ਮਿਸਿਸ ਆਂਚਲ ਸ਼ਰਮਾ ਨਾਲ ਗਹਿਰਾ ਮੋਹ ਸੀ। ਬਾਣੀ ਸਿੰਘ ਜੀ ਬਹੁਤ ਹੀ ਉੱਚੀ ਸੋਚ ਦੇ ਮਾਲਿਕ ਅਤੇ ਬਹੁਤ ਹੀ ਸ਼ਾਰਪ ਮਾਈਂਡਡ ਗਰਲ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਅਤੇ ਮਿਲਾਪੜੇ ਸੁਭਾਅ ਦੇ ਮਾਲਿਕ ਸਨ। ਜੋ ਕੋਈ ਵੀ ਇੱਕ ਵਾਰ ਆਪ ਜੀ ਨਾਲ ਗੱਲ ਕਰ ਲੈਂਦਾ ਤਾਂ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ। ਆਪ ਜੀ ਛੋਟਿਆਂ ਨੂੰ ਪਿਆਰ ਕਰਨ ਵਾਲੇ ਅਤੇ ਵੱਡਿਆਂ ਨੂੰ ਉਹਨਾਂ ਦਾ ਬੰਦਾ ਸਤਿਕਾਰ ਦੇਣ ਵਾਲੀ ਸ਼ਖਸੀਅਤ ਸਨ। ਬਾਣੀ ਸਿੰਘ ਹੁਣਾਂ ਨੇ ਚਾਹੇ ਬਹੁਤ ਥੋੜੀ ਜ਼ਿੰਦਗੀ ਇਸ ਦੁਨੀਆ ਤੇ ਬਸਰ ਕੀਤੀ, ਪਰ ਆਪਣੀਆਂ ਅਜਿਹੀਆਂ ਯਾਦਾਂ ਛੱਡ ਗਏ ਜਿਹੜੀਆਂ ਕਦੇ ਵੀ ਭੁਲਾਈਆਂ ਨਹੀਂ ਜਾ ਸਕਦੀਆਂ।
सुनो रे संतो कहे कबीर सुनो रे संतो खेती
53,000 ਰੁਪਏ ਦੀ ਸੇਵਾ ਕੀਤੀ, ਸੇਵਕਾਂ ਦੀ ਸੇਵਾ ਦਰ ਤੇ ਪ੍ਰਵਾਨ ਕਰ ਲੈਣੀ, ਤਰੱਕੀਆਂ ਉੱਨਤੀਆਂ ਬੁਲੰਦੀਆਂ ਸਿਰ ਤੇ ਮਿਹਰ ਭਰੇ ਹੱਥ ਰੱਖਣੇ, ਘਰ ਪਰਿਵਾਰ ਚ ਪ੍ਰੇਮ ਏਕਤਾ ਇਤਫਾਕ ਬਖਸ਼ਿਸ਼ ਕਰਨਾ, ਜ਼ਿੰਦਗੀ ਦੇ ਹਰ ਮੈਦਾਨ ਹਰ ਦਵਾਰ ਫਤਿਹਜਾਮੀ ਬਖਸ਼ਿਸ਼ ਕਰਨੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇ ਗੁਰੂ ਕਾ ਲੰਗਰ ਹਾਜ਼ਰ ਹੈ। ਦਰ ਪਰਿਵਾਰ ਨੂੰ ਵੇ ਪਰਿਵਾਰ ਨੂੰ ਹੋਇਆ ਪ੍ਰਸ਼ਾਦ ਗੁਰੂ ਕਾ ਲੰਗਰ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮਨਾਮੇ ਬਖਸ਼ੋ ਜੀ। ਸੁਖ ਹੋਵੇ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੇ ਮਹੱਲਾ ਪੰਜਵਾਂ, ਜਹ ਜਹ ਪੇਖਾਂ ਤਹ ਹਜੂਰ, ਦੂਰ ਕਤਹੁ ਨ ਜਾਏ, ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਜਹ ਜਹ ਪੇਖਾਂ ਤਹ ਹਜੂਰ, ਦੂਰ ਕਤਹੁ ਨ ਜਾਏ, ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਏਤ ਉਤ ਨਹੀਂ ਪਿਛੜੈ, ਸੋ ਸੰਗੀ ਗਣੀਐ, ਬਿਨ ਸਜਾਏ ਜੋ ਨਿਮਕ ਮਹਿ, ਸੋ ਅਲਪ ਸੁਖ ਭਣੀਐ ਰਹਾਉ। ਪ੍ਰਤਪਾਲੈ ਅਭਿਆਉ ਦੇ, ਕਛ ਊਣ ਨ ਹੋਏ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਅਸ਼ਲ ਅਸ਼ੇਤ ਅਪਾਰ ਪ੍ਰਭ, ਉੱਚਾ ਜਾ ਕਾ ਰੂਪ, ਜਪ ਜਪ ਕਰੇ ਆਨੰਦ ਜਨ, ਅਚਰਜ ਆਨੂਪ। ਸਮਤ ਦੇਹੋ ਦਇਆਲ ਪ੍ਰਭ, ਜਿਤ ਤੁਮੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਤਾ। ਸਮਤ ਦੇਹੋ ਦਇਆਲ ਪ੍ਰਭ, ਜਿਤ ਤੁਮੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਫਰੀਦ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਚਾਰਿਆ, ਉਹ ਕਹਿੰਦੇ ਦਰਿਆਵੇ ਕੰਨੇ ਬਗਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ। ਬਾਜ ਪਏ ਜਿਸ ਰੱਬ ਦੇ, ਕੇਲਾ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਜਿਹੜਾ ਬੰਦਾ ਸੋਚ ਵੀ ਨਹੀਂ ਸਕਦਾ ਪਰ ਉਹ ਪਰਮਾਤਮਾ ਦਾ ਭਾਣਾ ਹੈ। ਇਸ ਲਈ ਆਪਾਂ ਕਹਿੰਦੇ ਹਾਂ, ਜਿਸ ਠਾਕਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰ। ਉਹਦੇ ਅੱਗੇ ਆਪਣੇ ਸਿਰ ਨੂੰ ਦਬਾਉਣਾ ਪੈਂਦਾ। ਸਾਡੀ ਬੜੀ ਉੱਘੀ ਸ਼ਖਸੀਅਤ ਸਵਰਗਵਾਸੀ ਸਰਦਾਰ ਮਹਿਤਾਬ ਸਿੰਘ ਜੀ ਔਰ ਸਾਡੇ ਸਤਿਕਾਰਯੋਗ ਬੀਬੀ ਕਰਤਾਰ ਕੌਰ ਜੀ ਸਵਰਗਵਾਸੀ,
ਉਹਨਾਂ ਦੀ ਬਹੁਤ ਪਿਆਰੀ ਪੋਤਰੀ ਔਰ ਸਾਡੇ ਬੜੇ ਨਿੱਘੇ ਵੀਰ ਸਰਦਾਰ ਇੰਦਰਜੀਤ ਸਿੰਘ ਜੀ ਔਰ ਸਾਡੀ ਸਤਿਕਾਰਯੋਗ ਭੈਣ ਮਨੀ ਜੀ, ਇਹਨਾਂ ਦੀ ਸਪੁੱਤਰੀ ਬਾਣੀ ਸਿੰਘ ਥੋੜ੍ਹੇ ਦਿਨ ਹੋਏ ਸਾਡੇ ਕੋਲੋਂ ਸਦਾ ਲਈ ਵਿਛੜ ਗਏ। ਮੈਂ ਬੈਠਾ ਸੋਚ ਰਿਹਾ ਸੀ, ਮੈਂ ਕਿਹਾ ਆਹ ਕੋਈ ਉਮਰ ਸ਼ਰਧਾਂਜਲੀ ਦੇਣ ਦੀ ਥੋੜ੍ਹੋ ਹੈ, ਜੇ ਇਸ ਉਮਰ ਦੇ ਵਿੱਚ ਬੱਚੀ ਉਹ ਚਲੇ ਗਈ। ਪਰ ਕੀਤਾ ਕੁਛ ਨਹੀਂ ਜਾ ਸਕਦਾ, ਅੱਜ ਆਪਾਂ ਸਾਰੇ ਬੜੀ ਭਾਰੀ ਗਿਣਤੀ 'ਚ ਅਰਦਾਸ ਕਰਨ ਲਈ ਆਏ ਹਾਂ। ਦੇਹੋ ਸੱਜਣ ਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇੜ, ਕਿ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਬੱਚੀ ਨੂੰ। ਔਰ ਮੈਂ ਦੇਖ ਰਿਹਾ ਉਹਦੀਆਂ ਭੈਣਾਂ ਬਾਣੀ ਸਿੰਘ ਦੀ ਮਾਨਤਾ ਔਰ ਹਰਮਨਦੀਪ ਸਿੰਘ ਸਾਡਾ ਪ੍ਰਾਹੁਣਾ ਔਰ ਅੰਚਲ ਦੂਜੀ ਬੇਟੀ ਔਰ ਜੈ ਮਨੀਸ਼ ਸ਼ਰਮਾ ਸਾਡਾ ਦਮਾਦ ਔਰ ਇਹ ਸਾਰਾ ਪਰਿਵਾਰ, ਇਹਦੇ ਨਾਲ ਤੁਸੀਂ ਹਮਦਰਦੀ ਪ੍ਰਗਟ ਕਰਨ ਲਈ ਉਹਦੀਆਂ ਮਾਸੀਆਂ, ਉਹਦੀਆਂ ਭੂਆ, ਉਹਦੇ ਮਾਮੇ ਮਾਮੀ ਸਾਰੇ ਪਰਿਵਾਰ ਨਾਲ ਤੁਸੀਂ ਜਿੱਦਣ ਤੋਂ ਉਹਦੀ ਡੈਥ ਹੋਈ ਹੈ, ਬੜੀ ਭਾਰੀ ਗਿਣਤੀ 'ਚ ਪਰਿਵਾਰ ਉਹਨਾਂ ਦੇ ਗ੍ਰਹਿ ਵਿਖੇ ਵੀ ਗਏ, ਅੱਜ ਵੀ ਤੁਸੀਂ ਸਾਰੇ ਇੱਥੇ ਆਏ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ, ਅਜੀਤ ਅਖਬਾਰ ਵਾਲੇ, ਉਹਨਾਂ ਦੇ ਨਾਲ ਬੜਾ ਪਰਿਵਾਰਕ ਪ੍ਰੇਮ ਹੈ। ਸਰਦਾਰ ਮਹਤਾਬ ਸਿੰਘ ਜੀ, ਸਰਦਾਰ ਇੰਦਰਜੀਤ ਸਿੰਘ ਜੀ, ਇਹਨਾਂ ਦੇ ਪਰਿਵਾਰ ਦਾ ਮੈਂ ਉਦੋਂ ਜਿੱਦਣ ਘਰ ਗਿਆ ਤੇ ਘੰਟਾ ਡੇਢ ਘੰਟਾ ਭਾਜੀ ਬੈਠੇ ਰਹੇ ਨਾਲ ਸਾਡੇ ਸਤਿਕਾਰਯੋਗ ਭੈਣ ਜੀ, ਉਹਨਾਂ ਦੇ ਮਿਸਿਸ ਸਰਬਜੀਤ ਕੌਰ, ਉਹ ਇਸ ਵੇਲੇ ਵੀ ਸੰਗਤ ਦੇ ਵਿੱਚ ਵਿਰਾਜਮਾਨ ਨੇ ਭਾਜੀ ਦੇ ਮਿਸਿਸ। ਉਹ ਮੇਰੀ ਕਹਿਣ ਤੋਂ ਮੁਰਾਦ ਦੁੱਖ ਨੂੰ ਜਿੰਨਾ ਵੰਡੋ ਉਨਾ ਘਟਦਾ, ਪਰ ਅੱਜ ਭਾਜੀ ਨੇ ਕਿਤੇ ਬਾਹਰ ਜਾਣਾ ਸੀ, ਉਹਨਾਂ ਦੇ ਰੁਝੇਵੇਂ ਸੀ। ਉਹਨਾਂ ਨੇ ਕਿਹਾ ਪਾਲ ਮੇਰੇ ਨੂੰ ਬਹੁਤ ਹੀ ਦੁੱਖ ਪ੍ਰਗਟ ਕਰਨਾ ਬੜਾ ਭਾਣਾ ਹੈ, ਇਹ ਪਰ ਅਕਾਲ ਪੁਰਖ ਦਾ ਮੰਨਣਾ ਪੈਂਦਾ, ਇਸ ਕਰਕੇ ਉਹ ਆ ਨਹੀਂ ਸਕੇ। ਤੋ ਬਹੁਤ ਹੀ ਉੱਘੀਆਂ ਸ਼ਖਸੀਅਤਾਂ ਸਾਰੀਆਂ ਇੱਥੇ ਬੈਠੀਆਂ, ਆਪਾਂ ਅਰਦਾਸ ਕਰਨ ਲਈ ਆਏ ਹਾਂ। ਮੇਰੇ ਹਰਜੀਓ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀ ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੈ ਬਖਸ਼। ਗੁਰੂ ਦੇ ਲੜ ਲਗਾਇਆ ਇਹ ਪਰਿਵਾਰ ਹੈ। ਦੇਖੋ 1,00,000 ਰੁਪਈਆ ਇਹਨਾਂ ਨੇ ਧਰਮ ਕਾਰਜਾਂ ਦੇ ਦਿੱਤਾ ਹੈ। ਮੁੱਖ ਸੇਵਾਦਾਰ ਇਸ ਗੁਰਦੁਆਰਾ ਸਾਹਿਬ ਦੇ ਨੌਵੀਂ ਪਾਤਸ਼ਾਹੀ ਦੇ ਮੇਰੇ ਬੜੇ ਨਿੱਘੇ ਵੱਡੇ ਵੀਰ ਜਥੇਦਾਰ ਜਗਜੀਤ ਸਿੰਘ ਆਪਾ ਬੈਠੇ ਹੈ, ਟੋਨੀ ਜੀ, ਸਾਰੀ ਪ੍ਰਬੰਧਕ ਕਮੇਟੀ ਬੈਠੀ ਹੈ। 51,000 ਰੁਪਇਆ ਉਹਨਾਂ ਨੇ, ਜਿੱਦਾਂ ਇੱਕ ਸ਼ਾਇਰ ਲਿਖਦਾ ਕਹਿੰਦਾ, ਜੋ ਬਾਤ ਦਵਾ ਸੇ ਬਣ ਨਾ ਸਕੇ ਮੈਡੀਸਨ, ਜੋ ਬਾਤ ਦਵਾ ਸੇ ਬਣ ਨਾ ਸਕੇ ਵੋ ਬਾਤ ਦੁਆ ਸੇ ਹੋਤੀ ਹੈ, ਜਬ ਮੁਰਸ਼ਦੇ ਕਾਮਲ ਮਿਲਤਾ ਹੈ ਤੋ ਬਾਤ ਖੁਦਾ ਸੇ ਹੋਤੀ ਹੈ। ਇੱਥੇ ਨਾਲ ਹੀ ਹਸਪਤਾਲ ਵੀ ਜਿੱਥੇ ਦਵਾ ਮਿਲਦੀ ਹੈ ਔਰ ਨਾਲ ਹੀ ਇਹ ਮੁਕੱਦਸ ਔਰ ਪਵਿੱਤਰ ਸਥਾਨ ਜਿੱਥੇ ਸਾਡੀ ਅਰਦਾਸ ਜਿਹੜੀ ਹੈ ਉਹ ਪਰਮਾਤਮਾ ਅੱਗੇ ਆਪਾਂ ਕਰਦੇ ਹਾਂ। ਤੋ ਅੱਜ ਬਹੁਤ ਉੱਘੀਆਂ ਸ਼ਖਸੀਅਤਾਂ ਇਸ ਪਰਿਵਾਰ ਦੇ ਬੜੇ ਲਿਖਤ ਵਰਤੀ, ਮੈਂ ਕਹਿ ਸਕਦਾ ਸਰਦਾਰ ਅਮਰਜੀਤ ਸਿੰਘ ਜੀ ਸਮਰਾ ਸਾਹਿਬ, ਸਾਬਕਾ ਮੰਤਰੀ ਔਰ ਸਰਦਾਰ ਮਹਤਾਬ ਸਿੰਘ ਹੋਣੀ ਆਪਣੇ ਬੇਟੇ ਸਮਾਨ ਉਹਨਾਂ ਨੂੰ ਸਮਝਦੇ ਸੀ, ਸਰਦਾਰ ਮਹਤਾਬ ਸਿੰਘ ਔਰ ਬੀਬੀ ਕਰਤਾਰ ਕੌਰ ਜੀ, ਉਹ ਸਾਡੇ ਦਰਮਿਆਨ ਸੰਗਤ 'ਚ ਬੈਠੇ ਹੈ। ਚੀਫ ਸੈਕਟਰੀ ਪੰਜਾਬ ਗੌਰਮੈਂਟ ਦੇ ਸਾਬਕਾ ਐਨ ਕੇ ਅਰੋੜਾ ਜੀ ਉਹ ਬੈਠੇ ਹੈ, ਵੀਰ ਰਜਿੰਦਰ ਬੇਰੀ ਜੀ ਬੈਠੇ ਹੈ, ਉੱਘੇ ਅਕਾਲੀ ਨੇਤਾ ਸਾਡੇ ਵੀਰ ਸਰਦਾਰ ਚਰਨਜੀਤ ਸਿੰਘ ਚੰਨੀ ਜੀ, ਡਾਕਟਰ ਸਾਹਿਬਾਨ ਆਏ ਹੈ, ਡਾਕਟਰ ਡਾਂਗ ਜੀ, ਡਾਕਟਰ ਚਾਲ ਜੀ, ਡਾਕਟਰ ਪਵਨ ਗੁਪਤਾ ਜੀ, ਡਾਕਟਰ ਪੁਨੀਤ ਸੇਠੀ ਮੇਰਾ ਅਜ਼ੀਜ਼, ਉਹ ਬੈਠੇ ਹੈ, ਕਲਸੀ ਪਰਿਵਾਰ ਸਾਰਾ ਹੀ, ਕਿਉਂਕਿ ਕਲਸੀ ਪਰਿਵਾਰ ਨਾਲ ਵੀ ਬਹੁਤ ਵੱਡਾ ਪਿਆਰ ਹੈ, ਔਰ ਸਰਦਾਰ ਮਨਜੀਤ ਸਿੰਘ ਠੁਕਰਾਲ ਜਿਹੜੇ ਮੇਰੇ ਪਿੱਛੇ ਖੜ੍ਹੇ ਹੈ, ਇਹ ਵੀ ਪਰਿਵਾਰ ਦੇ ਬਹੁਤ ਨਿਕਟ ਵਰਤੀ ਹੈ, 30-40 ਸਾਲਾਂ ਤੋਂ ਇਸ ਪਰਿਵਾਰ ਨਾਲ, ਔਰ ਇਸ ਗੁਰਦੁਆਰਾ ਸਾਹਿਬ ਦੇ ਵੀ ਉਹ ਸੀਨੀਅਰ ਵਾਈਸ ਪ੍ਰਧਾਨ ਹੈ, ਉਹ ਵੀ ਸੰਗਤ ਦੇ ਵਿੱਚ ਵਿਰਾਜਮਾਨ ਨੇ। ਮੇਰੇ ਛੋਟੇ ਵੀਰ ਪਰਮਵੀਰ ਸਿੰਘ ਬਰਜਿੰਦਰ ਭਾਜੀ ਦੇ ਦਮਾਦ ਸਾਹਿਬ, ਉਹ ਵੀ ਸੰਗਤ 'ਚ ਬੈਠੇ ਹੈ। ਇਰਵਨ ਖੰਨਾ ਜੀ, ਉਤਮ
उत्तम हिंदू अखबार चो जेडे बिल्कुल गुआंढी है इंद्रजीत भाजी ने सरदार जसविंदर सिंह मक्कड़ जी परमजीत सिंह मक्कड़ जी कमलजीत सिंह टोनी रजिंदर सिंह बसंत वह लुधियाने तो आए है भैन परमिंदर बेरी जी बैठे उगे समाज सेवका रजिंदर सिंह बेदी जी कुलवंत सिंह कलसी और रजिंदर सिंह कलसी जसलीन सेठी राकेश नंदा जी हरजीत सिंह कालड़ा साढ़े उगे एडवोकेट पंजाब हरियाणा हाई कोर्ट के सचदेवा जी आए हैं कैपीटल बैंक तो और कमलजीत सिंह जी डी टी सी रिटायर नन्नी जी मेरे और उन्होंने मिसेज बैठी है लघु स्पोर्ट्स आए डॉक्टर नेजा परमजीत सिंह जी प्रीतम सिंह सपरा जनेजा जी बहुत ही उगिया शख्सियत सारिया बैठी है तो मैं बहुत ही होर पतवंते सज्जन आए है सियाने क्या करते हैं खुशी नूं जिन्ना वंडो उन्नी वधदी है दुख नूं जिन्ना वंडो उन्ना घटदा है तो तुहाडे आउण नाल सरदार इंद्रजीत सिंह और साडी भैण मनी जी नूं बड़ा वड्डा हौसला मिलेगा और गुरु ग्रंथ साहिब महाराज अगे आपां अरदास भी कीती है उस बची रही परमात्मा कृपा करी उन्हें अपने चरणां च निवास बख्शी तो हुण मैं सिर्फ दो तीन मिनट लई देखो भैणां दे बलबले हुंदे है यह बैठी मानता ओदी बाणी सिंह दी सिस्टर दूसरी बैठी आंचल मैंने कह दिया अंकल जी साडा भी चित करदा भैण नूं कुछ गल कही तो मैं उन्हां दोनों बच्चियां नूं कहना भी आओ अपनी भैन नूं श्रद्धांजलि दिओ आओ बेटा दो जानिया आ बानी आ सिस्टर चिट्ठी ना कोई संदेश जाने वो कौन सा देश बस चिट्ठी ना कोई संदेश जाने वो कौन सा देश जहां तुम चले गए चिट्ठी ना कोई संदेश जाने वो कौन सा देश जहां तुम चले गए आ बानी आ सिस्टर अ ब्यूटीफुल सोल विद द मोस्ट चार्मिंग स्वीट स्माइल शी हैड द काइंडेस्ट हार्ट her mama's best friend and her papa's laundry. Pani always greeted everyone with an open heart. She would listen to our stories and always be there to support us. Whoever met her will agree that she was the most caring, loving and a giving person. She had the ability to bring a smile on everyone's face. And we were privileged to have known her and to be loved by her. Words fail us as we describe what she meant to us. In our hearts forever. Goodbye, Pani. Gone too soon. I guess I echo what Malkari Di and Anjan shared here today. I'm Anisha, I'm Bani Didi's youngest cousin sister. I guess when I was walking here, you know, I was thinking, what am I going to say? Because no one really prepares us to speak on such occasions. But what I really want to begin with is that looking at all of you here just is testimony to how loved our dearest Bani Didi was. For me, I think Nani's house would always be synonymous with Bali Didi, and the visual of entering that lobby and seeing her sitting there and binging on fruits, lychees, and fondly cut watermelons by Nani and Mami. She was really one of the most thoughtful, kindest, and selfless human beings I've ever come across. And I think all the cousins here would agree with that. There wasn't a single occasion that she missed, whether it be anyone's birthday, anniversary, or any occasion, one of the first calls you would receive was from Bani Didi. Not only that, I think she remembered the minutest things that everyone was fond of, who liked watching cricket, what match was coming. I've always been an avid dancer, and I think I'll always cherish the number of times she would meet me or call me up and say,
बिकॉज तूने कौन से गाने पे आज डांस करना सीखा है. एंड I know it's never easy, but I am going to end on one note and say that while we here have lost on a beautiful soul both inside and out, I think someone up there in the universe has gained. Thank you for being here today. Bahut bahut dhanwad inne bachiyan da mann bharya hai us par phir bhi jazbaat san jehde unhon ne sade naal saanjhe kite hai. Kise ne keha mote jekar tu mar jandi phir hor na marda koi. पर मौत का कम मारना है, खुद मरना नहीं है. तो एक परमात्मा का भाणा है, गुरु कृपा करे सच्चा पातशाह परिवार को हौसला दे, ताकत दे, ताकि जरा अकैद असह जरा भाणा बरते है उन्हें मनन की ताकत प्रदान करे. इस दे नाल ही इस दीवान की समाप्ति है सतसंग जी. हुण आपां कड़ा प्रसादी देख बाहरों मिलेगी गुरु का लंगर. सरदार इंद्रजीत सिंह भैन मनी जी के परिवार वालों दो हाथ जोड़ के बेनती है, गुरु का लंगर छके बगैर कोई भी माई भाई जान की खेचल ना करे. वाहेगुरु जी का खालसा, वाहेगुरु जी.